कि तिरंगे बारे तिरंगे की इज्जत किदा होंदी है ये बारे उन्होंने सानू दसन की लोड़ नहीं जिहड़े लोगों ने आप तिरंगे के लिए उन्होंने कदे भी कोई जिहड़ी है शहादत नहीं दिती। पंजाब च 1,54,000 बंदे जिहड़े ने फौज ने, हरियाणा च 1,45,000 बंदे जिहड़े ने फौज ने, तो गुजरात का यह आंकड़ा जिहड़ा 1,05,000 बंदे करनी बनती है। पर जे मैं मोटी रूप से गल कहां कि निशान साहब लग जाना कोई उहदे नाल बहुत वड्डा गुनाह नहीं हो गया, क्योंकि तिरंगे की बेइज्जती कोई नहीं हुई उत्थे। जे आपां सोचिए तो जिहड़ा ये अंदोलन सी सांझा सी सारे धर्मां दा, इहनूं सिखां दे सिर ते क्यों मरिया गया? हुण तुसीं कहो कि किसान दे अंदरों किसानी भी कढ लो ते सिक्खी वखरा वखरा करके वेख लो, ऐसा नहीं हो सकता। संघर्ष दे चलदिआं बहुत सारे उतरा चढ़ा जिहड़े ने उह आंदे ने, आपस च जिहड़े ने मतभेद भी होंदे ने संघर्ष नूं लै के भी इहनूं किद्दां अगे वधाया जावे, पर मनभेद तक जिहड़ी आ उह गल नहीं सी जाणी चाहीदी। जिहड़ी स्टेज तों खलो के जिहड़ा उह गालां दी भाशा च गल करनी उह जिहड़ी आ उह शोभा नहीं दित्ती। पुकार टीवी देख रहे सारे श्रोतियां नूं वाहिगुरू जी का खालसा वाहिगुरू जी की फतेह। अज असीं तुहानूं एक ऐसी शख्सियत दे नाल रूबरू करावांगे जिहड़े धार्मिक कितियां दे विच सेवा निभा रहे ने, उहदे नाल समाजिक सेवावां भी निभा रहे ने, ते पिछले कुछ दिनां तों जिहड़ा किसानी मोर्चा चल रहा उहदे विच भी वध चढ़ के जो अपनी सेवा दा हिस्सा पा रहे ने। मेरी मुराद सरदार जसविंदर सिंह एडवोकेट वीर जी, वाहिगुरू जी का खालसा वाहिगुरू जी की फतेह। जिथे तुसीं धार्मिक ते समाजिक सेवावां निभांदे हो उत्थे तुसीं पिछले दिनी जिहड़ा किसानी मोर्चा चल रहा है उत्थे 26 तरीक नूं तुसीं उत्थे मौजूद सी, ते उत्थों दे जिहड़े हालात सी ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਦੇ ਨਾਲ ਸਾਂਝੇ ਕਰੋ। ਜਿਹੜੇ 26 ਤਰੀਕ ਨੂੰ ਜਿਹੜਾ ਉੱਥੇ ਤਿਰੰਗੇ ਦੇ ਥੱਲੇ ਜਿਹੜਾ ਖਾਲਸਾਈ ਨਿਸ਼ਾਨ ਚਲਾਇਆ ਗਿਆ, ਕੀ ਉਸ ਟਾਈਮ 'ਤੇ ਉਸ ਸਮੇਂ ਉਹਦੀ ਲੋੜ ਸੀ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਜਿਹੜਾ ਇੱਕ ਬਹੁਤ ਵੱਡਾ ਇੱਕ ਹਮਲਾ ਸੀਗਾ, ਮਨੋਵਿਗਿਆਨਿਕ ਹਮਲਾ ਸੀ, ਉਹ ਕੀ ਸੀ ਕਿ ਲੋਕਾਂ ਨੂੰ ਤਿਰੰਗੇ ਦਾ ਬਹਾਨਾ ਬਣਾ ਕੇ ਅਤੇ ਸਾਰੇ ਸਮਾਜ ਦੇ ਲੋਕਾਂ ਨੂੰ ਕਿਸਾਨਾਂ ਦੇ ਵਿਰੁੱਧ ਖੜ੍ਹੇ ਕਰਨ ਦੀ ਇੱਕ ਸਾਜ਼ਿਸ਼ ਸੀ, ਅਤੇ ਨਾਲ ਹੀ ਖਾਸ ਕਰਕੇ ਸਿੱਖਾਂ ਦੇ ਵਿਰੁੱਧ ਖੜ੍ਹੇ ਕਰਨ ਦੀ ਇੱਕ ਸਾਜ਼ਿਸ਼ ਜਿਹੜੀ ਆ ਉਹ ਬਣਾਈ ਜਾ ਰਹੀ ਸੀ। ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ, ਜੇ ਦੇਖੋ ਜਿੱਦਣ 26 ਤਰੀਕ ਦੀ ਉੱਥੇ ਘਟਨਾ ਵਾਪਰਦੀ ਹੈ ਅਤੇ ਇਮੀਡੀਏਟ ਜਿਹੜਾ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ, ਅਤੇ ਜਿਹੜਾ TV ਚੈਨਲਸ ਨੇ, ਕਿਉਂਕਿ ਜਿਹੜੇ ਉਹਨਾਂ ਦਾ ਪੱਖ ਵਿਖਾਉਂਦੇ ਨੇ ਉਹਨਾਂ ਨੇ ਇਹ ਨਿਊਜ਼ ਜਿਹੜੀਆਂ ਨੇ ਵੱਡੇ ਪੱਧਰ ਦੇ ਉੱਤੇ ਚਲਾ ਦਿੱਤੀਆਂ ਕਿ ਤਿਰੰਗੇ ਦੀ ਬੇਇੱਜ਼ਤੀ ਹੋਈ ਹੈ, ਤਿਰੰਗੇ ਦੀ ਬੇਇੱਜ਼ਤੀ ਕੀਤੀ ਗਈ ਹੈ। ਜਦਕਿ ਬਾਅਦ 'ਚੋਂ ਇਹ ਗੱਲਾਂ ਸਾਰੀਆਂ ਜਦੋਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਅਤੇ ਵੀਡੀਓ ਸਾਹਮਣੇ ਆਉਂਦੀਆਂ, ਕੋਈ ਇੱਦਾਂ ਦੀ ਵੀਡੀਓ ਨਹੀਂ ਆਈ ਕਿ ਜਿਹਦੇ 'ਚ ਤਿਰੰਗੇ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਹੋਵੇ, ਤਿਰੰਗਾ ਦੂਰ ਲੱਗਾ ਹੋਇਆ ਸੀ। ਦੂਸਰਾ ਮੈਂ ਮਤਲਬ ਕਹਿਣਾ ਚਾਹਾਂਗਾ ਕਿ ਤਿਰੰਗੇ ਬਾਰੇ ਤਿਰੰਗੇ ਦੀ ਇੱਜ਼ਤ ਕਿੱਦਾਂ ਹੁੰਦੀ ਹੈ ਇਹਦੇ ਬਾਰੇ ਉਹਨਾਂ ਲੋਕਾਂ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਜਿਹੜੇ ਲੋਕਾਂ ਨੇ ਨੂੰ ਆਪ ਤਿਰੰਗੇ ਦੇ ਲਈ ਉਹਨਾਂ ਨੇ ਕਦੇ ਵੀ ਕੋਈ ਜਿਹੜੀ ਹੈ ਸ਼ਹਾਦਤ ਨਹੀਂ ਦਿੱਤੀ। ਪੰਜਾਬ 'ਚ 1,54,000 ਬੰਦੇ ਜਿਹੜੇ ਨੇ ਫੌਜ 'ਚ ਨੇ, ਹਰਿਆਣੇ 'ਚੋਂ 1,45,000 ਬੰਦੇ ਜਿਹੜੇ ਨੇ ਫੌਜ 'ਚ ਨੇ, ਅਤੇ ਗੁਜਰਾਤ ਦਾ ਇਹ ਆਂਕੜਾ ਜਿਹੜਾ 1,05,000 ਬੰਦਿਆਂ ਦਾ, ਅਤੇ ਇਹ ਇੱਦਾਂ ਤੁਸੀਂ ਸਮਝ ਸਕਦੇ ਹੋ ਕਿ ਇੱਥੋਂ ਦੇ ਲੋਕਾਂ ਨੂੰ ਤਿਰੰਗੇ ਦੀ ਵੈਲਿਊ ਕੀ ਹੈ। ਇੱਥੇ ਜਿਹੜੀਆਂ ਨੇ ਉਹ ਜੰਗਾਂ ਤੋਂ ਬਾਅਦ ਲਾਸ਼ਾਂ ਜਿਹੜੀਆਂ ਨੇ ਤਿਰੰਗੇ 'ਚ ਲਿਪਟ ਕੇ ਆਉਂਦੀਆਂ ਨੇ, ਅਤੇ ਇਹ ਲੋਕ ਤਿਰੰਗੇ ਦੀ ਇੱਜ਼ਤ ਕਰਨੀ ਜ਼ਿਆਦਾ ਜਾਣਦੇ ਨੇ ਬਨਿਸਬਤ ਉਹਨਾਂ ਲੋਕਾਂ ਦੇ ਜਿਹੜੇ ਰੋਲਾ ਪਾ ਰਹੇ ਨੇ, ਜਿਨ੍ਹਾਂ ਨੇ ਲੰਮਾ ਸਮਾਂ ਜਿਹੜਾ ਆਪਣੇ ਹੈੱਡਕੁਆਰਟਰ ਦੇ ਉੱਤੇ ਜਿਹੜਾ ਉਹ ਤਿਰੰਗਾ ਝੰਡਾ ਨਹੀਂ ਸੀ ਚੜਾਇਆ। 26 ਦੀ ਘਟਨਾ ਜਿਹੜੀ ਹੈ ਉਹਦੀ ਵਿਆਖਿਆ, ਉਹਦੇ 'ਚ ਕੀ ਹੋਇਆ, ਕਿੱਦਾਂ ਹੋਇਆ, ਵੈਸੇ ਤਾਂ ਇਹ ਜਿਹੜਾ ਇਹ ਮੋਰਚਾ ਜਿੱਤਣ ਤੋਂ ਬਾਅਦ ਕਰਨੀ ਬਣਦੀ ਹੈ, ਪਰ ਜੇ ਮੈਂ ਮੋਟੀ ਰੂਪ 'ਚ ਗੱਲ ਕਹਾਂ ਕਿ ਨਿਸ਼ਾਨ ਸਾਹਿਬ ਲੱਗ ਜਾਣਾ ਕੋਈ ਉਹਦੇ ਨਾਲ ਬਹੁਤ ਵੱਡਾ ਗੁਨਾਹ ਨਹੀਂ ਹੋ ਗਿਆ, ਕਿਉਂਕਿ ਤਿਰੰਗੇ ਦੀ ਬੇਇੱਜ਼ਤੀ ਕੋਈ ਨਹੀਂ ਹੋਈ ਉੱਥੇ। ਪਰ ਕੀ ਇਹ ਉੱਦਣ ਲੱਗਣਾ ਚਾਹੀਦਾ ਸੀ ਜਾਂ ਨਹੀਂ ਲੱਗਣਾ ਚਾਹੀਦਾ ਸੀਗਾ, ਇਹਦੇ ਨਾਲ ਮੈਨੂੰ ਇਦਾਂ ਲੱਗਦਾ ਕਿ ਇਹ ਉੱਦਣ ਇਹ ਸਾਡਾ ਇਸ ਸਾਰੇ ਕਾਸੇ ਦਾ, ਇਸ ਸਾਰੇ ਕਿਸਾਨੀ ਸੰਘਰਸ਼ ਦਾ ਮਨੋਰਥ ਨਹੀਂ ਸੀ। ਪਰ ਜੇ ਲੱਗ ਵੀ ਗਿਆ ਤਾਂ ਇਹਦੇ ਨਾਲ ਕੋਈ ਬਹੁਤ ਵੱਡੀ ਵਿਪਤਾ ਨਹੀਂ ਸੀ ਖੜ੍ਹੀ ਹੋ ਗਈ ਇਹਨੂੰ, ਪਰ ਕਿਉਂਕਿ ਇੱਕ ਸਾਜ਼ਿਸ਼ ਸੀ ਕਿ ਮਨੋਵਿਗਿਆਨਿਕ ਜਿਹੜਾ ਹੈ ਇਹਨਾਂ ਦੇ ਉੱਤੇ ਇੱਕ ਹਮਲਾ ਕੀਤਾ ਜਾਵੇ, ਉਹ ਇੰਟਰਨੈਟ ਬੰਦ ਕਰਕੇ ਅਤੇ ਜਿਹੜਾ ਇੱਕ ਮੈਸੇਜ ਸਪਰੈਡ ਕੀਤਾ ਗਿਆ ਕਿ ਸਾਰੇ ਦੇਸ਼ ਨੂੰ ਕਿਸਾਨਾਂ ਦੇ ਵਿਰੁੱਧ ਅਤੇ ਖਾਸ ਕਰਕੇ ਸਿੱਖਾਂ ਦੇ ਵਿਰੁੱਧ ਜਿਹੜਾ ਉਹ ਖੜ੍ਹਾ ਕਰ ਦਿੱਤਾ ਜਾਵੇ, ਉਹ ਮੈਨੂੰ ਲੱਗਦਾ ਕਿ ਅਲਟੀਮੇਟਲੀ ਉਹ ਪਰਪਜ਼ ਵੀ ਉਹਨਾਂ ਦਾ ਡਿਫੀਟ ਹੋ ਗਿਆ ਜਦੋਂ ਇਹ ਸਾਰੀਆਂ ਵੀਡੀਓਜ਼ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ
अज भी जड़ा किसानी मोर्चा है वो अपने मनोबल ते है पूरा तगड़ा होकर जड़ा है वो उस गल दे वल वध रहा है कि तीनों जड़े काले कानून ने उन्होंने रिपील किया जाए वापस किया कितने ना कितने जे आप सोचिए तो जड़ा ये अंदोलन से सांझा से सारे धर्मों का इनू सिखा के सिर पर ही क्यों मरिया गया। देखो इस तरह होंगे कि पंजाब ने शुरू किया अंदोलन हुण पंजाब जड़े किसान ने वो सिख ने बौतात उन्होंने तो जदों वो किसी गल नूं लैके अगे वधे ने तो हुण तुसीं उन्होंने सिखी रोल नूं माइनस नहीं कर सकते क्योंकि वो अपना जज्बा भी जड़ा है वो सिखी मोर्चियां तो ही लै रहे हैं सिख इतिहास तो अपना जज्बा लै रहे हैं कि जिथे डट गए तो उत्थे खड़े रहने की जिहड़ी है वो आदत उन्होंने सिख इतिहास तो मिली उन्होंने खून च है तो उन्होंने देखा भी सरकार के अगे हिम्मत करके सारों पहले आवाज़ किन्ने बुलंद की वो पंजाब के किसानों ने की हरियाणा के किसानों ने उन्हों का साथ दिता तो पंजाब के किसान क्योंकि सिख ने तो फिर उन्होंने सिखा की इमेज में धुंधला करने के लिए जोड़ा वो सारा कुछ षडयंत्र जोड़ा रच दिता हूँ तुम कहो कि किसान के अंदरों किसानी भी कढ़ लो तो सिखी वक्रा वक्रा करके वेख लो इदा नहीं हो सकता पर यह जड़ा ये मोर्चा व्डे रूप से जोड़ा वो किसानी की जड़े लोड़ा ने उन्हू दे लगाया गया तो सिखी स्पिरिट जी है वो उन्होंने की जी है वो खून च है इस करके जी है वो अज भी मोर्चा जरा तगड़े होकर चल रहा जिमें 26 तरीक तो बाद खालसा ने निशान साहब जरा चलाया गया और पिछले दीप सिंधु की लखे सधाने की जी और प्रक्रिया जी विखाने बाद चो जी सोशल मीडिया से देखने को मिली है वो बारे तुम की कहना चाहते। देखो जो मैनू इस तरह लगता है कि दीप सिंधु लखा सडाणा ये तो भविख दे गर्भ च बहुत सारिया गल् पे कि निकल के सामने आता पर जे तुसी मैनू कहो कि अज कोई मैं इन्हां ते टिप्पणी करा तो मैं नहीं करांगा क्योंकि मैनू इस तरह लगता है कि ये भी पंजाब दे पुत्र ने ते इन्हां दे लई भी कानूनी चारा जो उदां दी ही होनी चाहिए जिदा की बाकी नौजवानों लई हो रही है। संघर्ष दे चलदिआं बहुत सारे उतरा चढ़ा जिहड़े ने उह आंदे ने आपस च जिहड़े ने मतभेद भी होंदे ने संघर्ष नूं लैके भी इहनूं किद्दां अगे वधाया जावे पर मन भेद तक जी है वह गल नहीं सी जानी चाहिए जड़ी स्टेज तो खलो के जड़ा वो गालां दी भाषा च गल करनी वो जी है वह शोभा नहीं दिती बाकी जड़ा इनू वड्डे रूप च वेखिए ते इस तो अगे वधन की कोशिश करिए ते हरेक व्यक्ति लई जड़ा जिहदी जिहदे ते कोई कानूनी जड़ा है तशद्दुद हो रहा है उहदी चाराजोई जी है सानू करनी चाहिए है किसान यूनियन को अगे लग के करनी चाहिए पर उस तो अलावा जड़ा बहुत सारिया जथेबंदियां जड़ियां ने पंथक तालमेल संगठन सर नवकिरण सिंह एडवोकेट फूलका जी एडवोकेट तो होर बहुत सारे एडवोकेट ने हरप्रीत सिंह हुरा तो दिल्ली के लोकल चंडीगढ़ तो बहुत सारे एडवोकेट्स ने हरिंदरपाल सिंह ईश्वर ने सर हाकम सिंह ने इन सारे ने एक तरद्दुत करके एक टीम जड़िया ने वो गठित कर लिया ने जिस दिल्ली कमेटी भी अपना रोल जड़ा वो निभा रही है तो उन्हां दी जिहड़ी है कानूनी पैरवाई जिहड़ी है वो की जा रही है क्योंकि ये देश का संविधान ये गल कहिंदा है कि कानूनी पैरवाई तो बगैर जिहड़ा कोई भी नहीं रहना चाहिए भावें वह दोषी भी क्यों ना हो ते इस करके सारयां दी कानूनी पैरवाई जिहड़ी है वो एडवोकेट्स कर रहे हैं इस गल की मैनूं तसल्ली। जिहड़े 26 तरीक के उस अंदोलन के जिहड़े परेड के जिन्होंने हिस्सा लिया सी जिहड़े वीर हुण तक भी गायब ने उन्हां बारे जिहड़ी तुसीं टीम दस रहे हो वो की काम कर रही है क्योंकि वक्-वक् तरह के केस ने किसी कई संगीन धारावान ने कई जड़िया ने नॉर्मल धारावान लगिया ने कुछ नौजवानों की जी है वो बेल भी हुई है तकरीबन 7-8 जण की बेल हो चुकी है तो ये मैनू लगता है कि कानून ने फिर एक अपनी प्रक्रिया तो लैनी है तो वह काम जड़ा है वो तसली बख्श चल रहा। मैं थोड़े माध्यम राही कहना चाहवागा कि जे किसी का जी जड़ा वो गुआचा होया उन्होंने यही समझ लग रही कि वह जेल जाए या कितने है तो वह जरूर साढ़े नाल संपर्क कर लवे बहुत सारे नंबर जड़े ने चल रहे ने तो मैं नंबर देंगा तुम स्क्रीन पर फ्लैश कर देना उन्होंने संपर्क करके तो अपने बच्चों की अपने घर के जिया की जी भाल करवाई जा सके। जिमें कि 26 का दिन से 26 की परेड से उस तो बाद किसानी मोर्चा ये थले नहीं जाता दिख रहा आप नहीं मैनू नहीं लगता जी मैनू लगता कि बहुत मजबूत हो गया ये एक पड़ा सी ते पड़ा तो बाद जड़ा है वो लोग होर चेतन हो के ते फोकस्ड हो के
ਜਿਹੜਾ ਉਹ ਕੰਮ ਕਰ ਰਹੇ ਨੇ। ਇਹ ਜਿਹੜੀ ਤੁਸੀਂ ਦੇਖੋਗੇ ਕਿ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਇਹ ਮਹਾਂ ਪੰਚਾਇਤਾਂ ਨੇ ਜਿਹੜਾ ਇੱਕ ਨਵਾਂ ਰੂਪ ਦੇ ਦਿੱਤਾ ਹੈ। ਜਿਹੜੇ ਲੋਕ ਉੱਥੇ ਨਹੀਂ ਸੀ ਪਹੁੰਚ ਸਕੇ ਉਹ ਲੋਕ ਆਪਣੇ ਇਲਾਕਿਆਂ 'ਚ ਇਕੱਠੇ ਹੋ ਕੇ ਅਤੇ ਸਾਰੇ ਦੇਸ਼ 'ਚ ਜਿਹੜੀਆਂ ਨੇ ਮਹਾਂ ਪੰਚਾਇਤਾਂ ਦਾ ਦੌਰ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ। ਇਹ ਮੈਨੂੰ ਲੱਗਦਾ ਕਿ ਇਹ ਚੰਗਾ ਹੋ ਗਿਆ ਅਤੇ ਇਸ ਵੇਲੇ ਜਿਹੜਾ ਉਹ ਮੋਰਚਾ ਚੜ੍ਹਦੀ ਕਲਾ 'ਚ। 26 ਤੋਂ ਬਾਅਦ ਜਿਵੇਂ ਟਕੈਰ ਸਾਹਿਬ ਦਾ ਬਿਆਨ ਆਉਂਦਾ ਹੈ, ਉਹਨਾਂ ਦੀਆਂ ਭਰੀਆਂ ਹੋਈਆਂ ਅੱਖਾਂ ਪਾਣੀ ਦੇ ਨਾਲ ਜਿਹੜੀਆਂ ਨਮ ਹੋਈਆਂ ਸੀ, ਉਸ ਤੋਂ ਬਾਅਦ ਵੀ ਇੱਕ ਹਲਾਰਾ ਹੀ ਮਿਲਿਆ, ਕਹਿ ਲਈ ਹੱਲਾਸ਼ੇਰੀ ਮਿਲੀ ਆ ਜਿਹੜੀ 26 ਨੂੰ। ਦੇਖੋ ਜਦੋਂ ਕੋਈ ਇਮੋਸ਼ਨਲ ਹੋ ਕੇ ਗੱਲ ਕਰਦਾ ਤਾਂ ਡੈਫੀਨੇਟਲੀ ਉਹਦੇ ਨਾਲ ਹੱਲਾਸ਼ੇਰੀ ਮਿਲਦੀ ਹੈ। ਟਕੈਰ ਜੀ ਦਾ ਜਿਹੜਾ ਉਹ ਉਦਣ ਅੱਖਾਂ ਭਰਨਾ ਅਤੇ ਆਪਣੇ ਸਾਥੀਆਂ ਦੀ ਜਿਹੜੇ ਮੋਰਚੇ 'ਚ ਨੇ ਉਹਨਾਂ ਦੀ ਫਿਕਰ ਕਰਦਿਆਂ ਉਹਨਾਂ ਨੇ ਅੱਖਾਂ ਭਰੀਆਂ ਸੀ, ਉਹਨੇ ਸਾਰੇ ਦੇਸ਼ ਦੇ ਅੰਦਰ ਇੱਕ ਜਿਹੜਾ ਹੈ ਇਮੋਸ਼ਨ ਪੈਦਾ ਕਰ ਦਿੱਤੇ ਅਤੇ ਡੈਫੀਨੇਟਲੀ ਉਸ ਗੱਲ ਨੇ ਜਿਹੜਾ ਉਹ ਬਹੁਤ ਮੋਰਚੇ ਨੂੰ ਬਲ ਬਖਸ਼ਿਆ ਅਤੇ ਜਿਹੜੀ ਹੈ ਉਹ ਅੱਗੇ ਲੈ ਗਈ। ਇਹ ਸਨ ਸਰਦਾਰ ਜਸਵਿੰਦਰ ਸਿੰਘ ਐਡਵੋਕੇਟ। ਅਸੀਂ ਇਹਨਾਂ ਤੋਂ 26 ਤਰੀਕ ਦੇ ਬਾਰੇ ਜੋ ਗੱਲਬਾਤ ਕੀਤੀ ਹੈ, ਸਾਨੂੰ ਵੀ ਸਾਰਿਆਂ ਨੂੰ ਜਿਹੜਾ ਇੱਕ ਫੈਸਲਾ ਕਰਨਾ ਚਾਹੀਦਾ ਕਿ ਜਿਹੜੀ 26 ਤਰੀਕ ਦੀ ਜੋ ਗੱਲਬਾਤ ਹੋ ਗਈ ਆ ਉਹਨੂੰ ਹੁਣ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਅਤੇ ਜਿਹੜੇ ਵੀਰ ਸਾਡੇ ਉੱਥੇ ਬੰਦ ਨੇ, ਜੇਲ੍ਹਾਂ 'ਚ ਬੰਦ ਨੇ, ਅਤੇ ਉਹਨਾਂ ਲਈ ਸਾਨੂੰ ਵੀ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਅਤੇ ਅੱਗੇ ਆ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ, ਕਿਸਾਨੀ ਮੋਰਚੇ ਦੀ ਹਮਾਇਤ ਕਰਨੀ ਚਾਹੀਦੀ ਆ। ਅਸੀਂ ਵੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਪੁਕਾਰ ਟੀਵੀ, ਹਰਪ੍ਰੀਤ ਸਿੰਘ ਅੰਮ੍ਰਿਤਸਰ ਤੋਂ।